ਪਿਛਲੇ ਦਿਨੀ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅਕਾਲੀ ਦਲ ਵੱਲੋਂ ਪੜ੍ਹਨ ਅਤੇ ਉਸ 'ਚ ਲਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੀ ਬੇਅਦਬੀ ਕਰਨ ਦੇ ਰੋਸ 'ਚ ਥਾਣਾ ਬਾਜਾਖਾਨਾ 'ਚ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜਨਰਲ ਸੈਕਟਰੀ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੱਲੋਂ ਬਰਗਾੜੀ ਮੋਰਚੇ ਦੀ ਅਗਵਾਈ ਕਰ ਰਹੇ ਧਿਆਨ ਸਿੰਘ ਮੰਡ ਦੇ ਨਿਰਦੇਸ਼ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਅਕਾਲੀ ਨੇਤਾਵਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਸੰਬੰਧੀ ਜਨਰਲ ਸੈਕਟਰੀ ਕਾਹਨ ਸਿੰਘ ਵਾਲਾ ਨੇ ਦੱਸਿਆ ਕਿ ਬਰਗਾੜੀ ਮੋਰਚੇ ਦੀ ਅਗਵਾਈ ਕਰ ਰਹੇ ਧਿਆਨ ਸਿੰਘ ਦੀ ਰਹਿਨਮਾਈ 'ਚ ਉਹਨਾਂ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਮਾਣਯੋਗ ਹਾਈਕੋਰਟ 'ਚ ਜਾਣਗੇ। ਮੈਂ ਬਾਘਾ ਬਾਜਾਖਾਨਾ ਥਾਣੇ ਦੇ ਵਿੱਚ ਗਿਆ ਸੀ, ਇੱਕ ਕੰਪਲੇਂਟ ਦਿੱਤੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਹਨਾਂ ਦੇ ਸਹਿਯੋਗੀ ਜਿਹੜੇ MLA ਸਾਹਿਬਾਨ ਹੈ, ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਕਿਸੇ ਵੇਲੇ ਜਸਟਿਸ ਜੋਰਾ ਸਿੰਘ ਨੇ ਸਿਰੇ ਨਹੀਂ ਲਈ ਸੀਗੀ, ਨਾ CBI ਨੇ ਸਿਰੇ ਲਈ ਸੀਗੀ, ਉਹ ਰਿਪੋਰਟ ਹੋਈ ਸੀ ਕੱਲ੍ਹ ਪੇਸ਼। ਰਿਪੋਰਟ ਪੇਸ਼ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਪਣੀ ਅਕਲ ਦਾ ਜਨਾਜ਼ਾ ਕੱਢਦਿਆਂ ਹੋਇਆਂ ਬੇਤੁਕਾ ਬਿਆਨ ਕਰਕੇ ਐਵੇਂ ਲੋਫਰਾਂ ਤਰ੍ਹਾਂ ਇਲੀਟਰੇਸੀ ਲੀਡਰਾਂ ਦੀ ਤਰ੍ਹਾਂ, ਕਿਉਂਕਿ ਲੀਡਰਾਂ ਦਾ ਗੋਣੀ ਕੋਈ ਨਹੀਂ ਹੈਗੀ, ਕਿਉਂਕਿ ਲੀਡਰ ਜੇ ਜੇਲ੍ਹ 'ਚ ਗਿਆ ਹੋਵੇ ਜਾਂ ਕੋਈ ਐਸਾ ਕੰਮ ਕੀਤਾ ਹੋਵੇ, ਆਪਣੇ ਵਿਰਸੇ 'ਚੋਂ ਕੋਈ ਮਿਲੀ ਹੋਵੇ, ਮਿਲੀ ਤਾਂ ਬਾਪੂ ਦੀ ਹੈ। ਸੋ ਇਸ ਕਰਕੇ ਉਸ ਬੰਦੇ ਨੇ ਇਸ ਰਿਪੋਰਟ ਨੂੰ ਪਾੜਤਾ, ਖਿਲਾਰਤਾ, ਖਿਲਾਰ ਕੇ ਪੈਰਾਂ 'ਚ ਰੋਲਤਾ। ਅਤੇ ਸੁਖਬੀਰ ਸਿੰਘ ਬਾਦਲ ਬੇਸ਼ੱਕ ਇਸ ਰਿਪੋਰਟ ਦਾ ਵਿਰੋਧ ਕਰੇ, ਦਲੀਲ ਨਾਲ ਉਹਦਾ ਹੱਕ ਆ ਕਰ ਸਕਦਾ, ਪਰ ਉਹਨੂੰ ਪਾੜ ਨਹੀਂ ਸਕਦਾ, ਕਿਉਂਕਿ ਇਸ ਰਿਪੋਰਟ ਦੇ ਵਿੱਚ 92 ਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ, ਉਹਦੇ ਸਮੇਤ ਵਿੱਚ ਪਵਿੱਤਰ ਬਾਈਬਲ ਜੀ ਦਾ ਲਿਖਿਆ ਹੋਇਆ, ਪਵਿੱਤਰ ਕੁਰਾਨ ਸ਼ਰੀਫ ਦਾ ਨਿਕਲਿਆ, ਕਿਉਂਕਿ ਬੇਅਦਬੀਆਂ ਹੋਈਆਂ ਨਾ ਸਾਰਿਆਂ ਦਾ ਜ਼ਿਕਰ ਕੀਤਾ ਸੀਗਾ। ਅਤੇ ਜੇ ਗੁਰੂ ਗ੍ਰੰਥ ਸਾਹਿਬ ਉੱਤੇ ਲਿਖਿਆ ਹੋਇਆ ਸੀ, ਜੇ ਜਿਹੜੀ ਬੇਅਦਬੀ ਹੈ ਤਾਂ ਬੇਅਦਬੀ ਹੁੰਦੀ ਹੈ। ਜੇ ਮੈਂ ਕਿਹਾ ਵੀ ਸੁਖਬੀਰ ਸਿੰਘ ਬਾਦਲ 'ਤੇ ਧਾਰਾ 295A ਲੱਗਣੀ ਚਾਹੀਦੀ ਹੈ, 120 ਵੀ ਲੱਗਣੀ ਚਾਹੀਦੀ ਹੈ, ਇਹ 4 ਤੋਂ ਵੱਧ ਬੰਦੇ 148 ਨੰਜਰ ਲੱਗਣੀ ਚਾਹੀਦੀ ਹੈ, ਇਹ ਥਰੈਟ ਵੀ ਦਿੱਤੀ ਹੈ 506 ਲੱਗਣੀ ਚਾਹੀਦੀ ਹੈ, ਇਹਨੇ ਖੁਰਦ ਬੁਰਦ ਕੀਤੇ ਡਾਕੂਮੈਂਟ ਸਾਰੇ, ਉਹ 201 ਲੱਗਣੀ ਚਾਹੀਦੀ ਆ। ਅਤੇ ਇਹਦੇ 'ਚ ਕਰਕੇ ਰੱਖੋ, ਨਹੀਂ ਤਾਂ ਇਹ ਸੁਖਬੀਰ ਸਿੰਘ ਬਾਦਲ ਇਹ ਪੰਥ ਕੌਮ ਨੂੰ ਜਵਾਬ ਦੇਵੇ, ਇਹ ਇਸ ਤਰੀਕੇ ਨਹੀਂ ਕਰ ਸਕਦਾ। ਅੱਜ ਕੰਪਲੇਂਟ ਲਿਖ ਕੇ ਦਿੱਤੀ ਹੈ, ਆਪ ਐਪਲੀਕੇਸ਼ਨ ਥਾਣਾ ਬਾਜਾਖਾਨਾ ਦੇ ਵਿੱਚ ਦਿੱਤੀ ਹੈ, ਆਹ ਮੇਰੀ ਕੰਪਲੇਂਟ ਹੈ। ਇਹਦੇ ਵਿੱਚ ਮੈਂ ਜ਼ਿਕਰ ਦਿੱਤਾ ਪਿਛਲਾ ਵੀ 1 ਜੂਨ 2015 ਨੂੰ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਬੁਰਜਵਾਰ ਸਿੰਘ ਵਾਲੇ ਗਿਨੀ ਮਿਥੀ ਛਾਜ ਦੇ ਤਹਿਤ, ਉਸ ਤੋਂ ਬਾਅਦ ਕੀ ਹੋਇਆ, ਉਸ ਤੋਂ ਬਾਅਦ ਧਮਕੀ ਪੱਤਰ ਲੱਗ ਗਏ, ਫਿਰ ਬੇਅਦਬੀ ਹੋ ਗਈ, ਫਿਰ 2 ਸਿੰਘ ਸ਼ਹੀਦ ਹੋ ਗਏ, ਜਸਟਿਸ ਜੋਰਾ ਸਿੰਘ ਕਮਿਸ਼ਨ ਕਿਸੇ ਨੇ ਕੱਖ ਤਾਂ ਨਹੀਂ ਦਿੱਤਾ। ਅਤੇ ਇਹ ਜੇ 3 ਸਾਲ 'ਚ ਕੱਖ ਨਹੀਂ ਮਿਲਿਆ ਤਾਂ ਕੈਪਟਨ ਸਾਹਿਬ ਵੀ ਚੁੱਪ ਕਰਕੇ ਗੁਟਕੇ ਦੀ ਸਹੁੰ ਖਾਧੀ ਹੈ, ਕੈਪਟਨ ਸਾਹਿਬ ਨੇ ਵੀ ਗੁਟਕਾ ਦੀ ਸਹੁੰ ਖਾਧੀ ਹੈ ਅਤੇ ਕੈਪਟਨ ਸਾਹਿਬ ਨੇ ਝੂਠੀ ਸਹੁੰ ਖਾਧੀ ਹੈ। ਇਸ ਕਰਕੇ ਇਹ ਜਿੰਨਾ ਚਿਰ ਇਹਦੇ 'ਤੇ ਐਕਸ਼ਨ ਨਹੀਂ ਹੁੰਦਾ ਉਨਾ ਚਿਰ ਇਹ ਗੱਲ ਨਹੀਂ ਬਣਨੀ, ਬੇਅਦਬੀ ਤਾਂ ਬੇਅਦਬੀ ਹੈ। ਮੈਂ SSP ਸਾਹਿਬ ਨੂੰ ਵੀ ਕਹਿਣਾ ਅਤੇ DGP ਨੂੰ ਵੀ ਕਹਿਣਾ, ਤੁਰੰਤ ਦਖਲ ਇਹਦੇ ਅੰਦਾਜ਼ੀ ਕਰੋ। ਜਸਕਰਨ ਸਿੰਘ ਕਾਹਨ ਸਿੰਘ ਵਾਲੇ ਤੋਂ ਹੈਗੇ ਆ, ਉਹਨਾਂ ਨੇ ਕੰਪਲੇਂਟ ਸਾਡੇ ਨੂੰ ਦਿੱਤੀ ਸੀਗੀ ਵੀ ਸ਼੍ਰੀ ਸੁਖਬੀਰ ਬਾਦਲ ਜਿਹੜੇ ਹੈਗੇ ਆ ਉਹ ਅਤੇ ਮਜੀਠੀਆ ਦੇ ਖਿਲਾਫ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕੋਈ ਜਿਹੜੀ ਆ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈਗੀ ਆ ਉਹਨੂੰ ਪਾੜਿਆ ਹੈਗਾ। ਉਹਨਾਂ ਦਾ ਰੋਸ ਸੀਗਾ ਵੀ ਉਹ ਜਿਹੜੀ ਹੈਗੀ ਦਰਖਾਸਤ ਵੀ ਉਹਦੇ ਵਿੱਚ ਉਹਨਾਂ ਨੇ ਰਣਜੀਤ ਸਿੰਘ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਅੰਕਿਤ ਆ, ਕੁਰਾਨ ਦੇ ਸ਼ਬਦ ਅੰਕਿਤ ਹੈਗੇ ਆ ਅਤੇ ਉਹ ਪਾੜਨੀ ਨਹੀਂ ਸੀ ਚਾਹੀਦੀ ਉਹਨਾਂ ਨੂੰ, ਉਹਦੇ ਕਰਕੇ ਉਹਨਾਂ ਨੇ ਕੰਪਲੇਂਟ ਦਿੱਤੀ ਗਈ ਹੈ। ਉਹ ਕੂਆ ਚੰਡੀਗੜ੍ਹ ਦਾ ਬੰਦਾ ਹੈਗਾ, ਕੰਪਲੇਂਟ ਸਾਨੂੰ ਮਿਲੀ ਹੈਗੀ। ਕੋਟਕਪੁਰਾ ਤੋਂ KC ਸੰਜੇ ਦੀ ਰਿਪੋਰਟ।